ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ ਜੀ? ਠੀਕ ਠਾਕ, ਖੈਰ ਖੈਰੀਅਤ, ਉਮੀਦ ਕਰੇ ਨਾ ਤੁਸੀਂ ਠੀਕ ਹੋ। ਸੋ ਮੈਂ ਵੀ ਠੀਕ ਹਾਂ ਅਲਹਮਦੁਲਿਲਾ। ਭਾਈ ਜਾਨ, ਤੁਹਾਡਾ ਵਿਰਾਟ ਨਵੀਂ ਵੀਡੀਓ ਦੇ ਨਾਲ ਹਾਜ਼ਰ ਤੇ ਵੀਡੀਓ ਮੁਕੰਮਲ ਦੇਖਣੀ ਹੈ। ਭਾਈ ਜਾਨ, ਅਸਾਂ ਗਣੇ ਕਾਜ਼ੀ ਅਹਿਮਦ ਕਿਰਾਇਆ ਗਿਣ ਕੀਤੇ, ਰੈਸਟ ਕਰ ਕੀਤੇ ਜੱਟ, ਅਤੇ ਪੀਰ ਸਿੰਘ ਹੋਰਾਂ ਨਾਲ ਰਾਬਤਾ ਕੀਤੇ ਸੀ। ਪੀਰ ਸਿੰਘ ਹੋਰਾਂ ਆਖਿਆ ਜੀ ਅੱਗਾਂ ਚੱਲੇ ਵਜੋ, ਖੰਡੂ ਸਟਾਪ ਹੈ, ਹਾਲੇ ਤੋਂ ਅੱਗਾਂ ਕਰਦੇ ਉੱਥਾਂ ਚੱਲੇ ਵਜੋ, ਅਤੇ ਉੱਥੋਂ ਮਾਲ ਹੋ ਸੀ ਵਾਪਸੀ ਦਾ। ਸ਼ਾਮ ਕੁੱਥੀ ਵੇ, ਸਵੇਰ ਕੁੱਥੀ ਵੇ, ਜਿਸ ਟਾਈਮ ਥੀ ਵੇ ਲੋਡ ਕਰਕੇ ਆ ਵਜਾ। ਭਾਈ ਜਾਨ, ਹੁਣ ਚੱਲਦੇ ਹਾਂ ਖੰਡੂ ਸਟਾਪ ਦੇ ਨਾਲ, ਰਮਣੇ ਵੀਡੀਓ ਮੁਕੰਮਲ ਦੇਖਣੀ ਹੈ। ਠੀਕ ਹੈ ਭਾਈ ਜਾਨ, ਠੀਕ ਹੈ, ਵਜਣ ਡਿਓ ਪਿੱਛਾ। ਹੁਣ ਜੀ ਹਾਜੀ ਸਾਹਿਬ ਹੋਰਾਂ ਦੀ ਡਿਊਟੀ ਹੈ, ਸਾਡੀ ਡਿਊਟੀ ਆਈ ਭਿੰਡੀ ਦੇ ਦੌਰਾਨ, ਭਿੰਡੀ ਖਤਮ ਅਤੇ ਡਿਊਟੀ ਖਤਮ। ਚਲੋ ਜੀ ਜੀ ਭਾਈ ਜਾਨ, ਕਾਜ਼ੀ ਅਹਿਮਦ ਤੋਂ ਹੁਣ ਅਸਾਂ ਰਵਾਨਾ ਥੀ ਪਏ। ਭਾਈ ਜਾਨ, ਅਗੂ ਸਕਰਾਂਡ ਸੀ, ਸਕਰਾਂਡ ਕਰਾਸ ਕਰੇ ਸੂ ਸ਼ਹੀਦਾਬਾਦ, ਹਾਲਾ ਅਤੇ ਖੰਡੂ, ਬੇਟ ਸ਼ਾਹ ਕਰਾਸ ਕਰੋ ਅਤੇ ਨਾਲ ਹੀ ਇਹ ਛੋਟਾ ਜਿਹਾ ਸਟਾਪ ਹੈ, ਉੱਥਾਂ ਵੇਂਦੇ ਪਏ। ਅੱਛਾ, ਤਾਂ ਭਾਈ ਜਾਨ ਅਸਾਂ ਵੇਂਦੇ ਪਿਆ ਸੀ ਅੱਗਾਂ ਹੈਦਰਾਬਾਦ ਵਾਲੇ ਪਾਸੇ ਖੰਡੂ ਸਟਾਪ ਦੇ, ਅਤੇ ਮਾਲ ਸਾਡਾ ਬਣ ਗਏ ਰਾਣੀਪੁਰ ਤੋਂ, ਅਸਾਂ ਹੁਣ ਵਾਪਸ ਰਾਣੀਪੁਰ ਵੇਂਦੇ ਪਏ। ਮੋੜੋ ਜੀ, ਖੰਡੂ ਸਟਾਪ ਤੋਂ ਭਾਈ ਜਾਨ 80 ਮਣ ਵਜ਼ਨ ਆਈ ਅਤੇ 40,000 ਕਿਰਾਇਆ। ਰਾਣੀਪੁਰ ਤੋਂ ਭਾਈ ਜਾਨ ਇਵੇਂ ਕੋਈ ਥੋੜ੍ਹਾ ਜਿਹਾ ਵਜ਼ਨ ਹੈ, ਬਿਲਕੁਲ ਹੌਲਾ ਵਜ਼ਨ ਹੈ, ਅਤੇ 30,000 ਕਿਰਾਇਆ ਹੈ। ਵਾਪਸ ਰਾਣੀਪੁਰ ਬਣ ਕੇ ਉੱਥੋਂ ਲੋਡ ਕਰਨੇ, ਅਤੇ ਜਨਾਬ ਹੁਣ ਅਸਾਂ ਵਾਪਸ ਵੇਂਦੇ ਪਏ। ਮੁਲਤਾਨ ਦਾ ਮਾਲ ਹੈ, ਅੱਛਾ ਤਾਂ ਭਾਈ ਜਾਨ ਅਸਾਂ ਜਿਹੜਾ ਨਾ ਆ ਗਏ ਦੁਬਾਰਾ ਕਾਜ਼ੀ ਅਹਿਮਦ, ਥੋੜ੍ਹਾ ਇੱਕ ਸਫ਼ਰ ਅੱਗਾਂ ਕੀਤੀ ਵਧਿਆ, ਅਤੇ ਕਾਜ਼ੀ ਅਹਿਮਦ ਉਹਦੇ ਵੱਲ ਵਾਪਸ ਮੋੜ ਆਏ ਸੀ, ਵੇਂਦੇ ਅੱਗਾਂ ਪਿਆ ਸੀ ਅਤੇ ਵੱਲ ਮਾਲ ਪਿੱਛਾ ਬਣ ਗਏ, ਅਤੇ ਚਲੋ ਵਾਪਸੀ ਆਉਂਦੇ ਪਏ। ਇਹ ਜੀ ਕਾਜ਼ੀ ਅਹਿਮਦ ਦਾ ਸ਼ਹਿਰ, ਅੱਗੇ ਟਰੱਕਾਂ ਦੇ ਉੱਤੇ ਤਾਂ ਟੱਪਦੇ ਹੈ ਬਾਈਪਾਸ, ਅਤੇ ਅੱਜ ਵੱਲ ਛੋਟੀ ਗੱਡੀ ਇਹ ਸ਼ਹਿਰ ਦੇ ਵਿੱਚੋਂ ਆਉਂਦੇ ਪਏ। ਵੱਡੀ ਗੱਡੀ ਟੱਪਦਾ ਮੁਸ਼ਕਿਲ ਹੈ, ਵੱਡੀ ਗੱਡੀ ਦਾ ਟੱਪਣਾ ਇੱਥੋਂ ਮੁਸ਼ਕਿਲ ਹੈ, ਰਸ਼ ਇਤਨਾ ਹੁੰਦੇ ਜਣੋ ਉੱਥਾਂ ਪੁੱਲ ਕੋਲ ਰਸ਼ ਹੋਵੇ, ਜਿੱਦਾਂ ਮਾਲ ਲਹਾਇਆ ਤੇ ਬੈਠੇ ਵੇ ਜੀ। ਅੱਜੀ ਅੱਜੀ ਆ ਪੁੱਛਣ ਵਾਲਾ ਕੋਈ ਨਹੀਂ ਇਹਨਾਂ ਨੂੰ, ਕੌਣ ਪੁੱਛੇ ਤਾਂ ਹੈ। ਆਰੇ ਰੇੜੀਆਂ ਲਾ ਕੇ ਬਿਲਕੁਲ ਰੋਡ ਦੇ ਅੱਧ ਕਾਰ ਦੇ ਖੜੇ, ਉਹਨੂੰ ਪਤਾ ਟ੍ਰੈਫਿਕ ਬਾਈਪਾਸ ਤੋਂ ਟੱਪਦੀ ਇਹਦੇ ਆਉਂਦੀ ਹੈ ਕਾਰ ਜੀ ਭਾਈ, ਇਸ ਬਸ ਬੱਸਾਂ ਜੋ ਬਾਹਰੋਂ ਟੱਪ ਜਾਂ ਗੜੇ, ਲੇਕਿਨ ਉਹਨਾਂ ਵਾਸਤੇ ਵੀ ਤਾਂ ਕਾਰ ਜੀ ਪਾਲੇ ਵਾਸਤੇ ਤਾਂ ਰਸਤਾ ਹੋਵੇ ਨਾ। ਜੀ ਹਾਂ, ਅਸਾਂ ਪਹੁੰਚਾ ਸੇ ਮੋਰੋ ਬਾਈਪਾਸ ਦੇ ਉੱਤੇ, ਇਹ ਜਨਾਬ ਮੋਰੋ ਦਾ ਬਾਈਪਾਸ ਹੈ,
ਹਾਂ ਮੋਰੋ ਬਾਈਪਾਸ ਤੋਂ ਤੂੰ ਡੀਜ਼ਲ ਪਵੇ ਨੇ ਜਮਾਲੀ ਪੰਪ ਤੋਂ ਡੀਜ਼ਲ ਪਵਾ ਕੇ ਅਤੇ ਵੱਲ ਰਵਾਨੇ ਥੇ ਸੋ ਅਤੇ ਇੱਥਾਂ ਸਾਡੇ ਬਹੁ ਹੀ ਅੱਛੇ ਬਹੁ ਪਿਆਰੇ ਦੋਸਤ ਰਹਿਣ ਮੋਰੋ ਦੇ ਇਲਾਕੇ ਦੇ ਵਿੱਚ ਮਗਰ ਬਹਿਰ ਰਹਿਣ ਸਾਡੀ ਉਹਨਾਂ ਦੀ ਮੁਲਾਕਾਤ ਨਹੀਂ ਥਈ ਅੱਜ ਤੱਕ ਇਨਸ਼ਾਲਾ ਜਦਾਂ ਵਤਨ ਆਸਨ ਤਾਂ ਜ਼ਰੂਰ ਮੁਲਾਕਾਤ ਹੀ ਥੀ ਸੀ ਸਾਡੀ ਇਨਸ਼ਾਲਾ ਦਿਲ ਦੇ ਵਿੱਚ ਖਾਹਿਸ਼ ਹੈ ਔਰ ਇਹ ਖਾਹਿਸ਼ ਜ਼ਰੂਰ ਪੂਰੀ ਥੀ ਸੀ ਦੋਸਤਾਂ ਨਾਲ ਮੁਲਾਕਾਤ ਕਰੇ ਸੂ ਜਿਸ ਦਿਨ ਉਹ ਵਾਪਸ ਆਏ ਸਾਕੋ ਅਕਸਰ ਕਮੈਂਟ ਵੀ ਕਰੇ ਨੇ ਔਰ ਰਾਬਤੇ ਦੇ ਵਿੱਚ ਉਹਨਾਂ ਨੇ ਭਾਈ ਜਾਨ ਖੱਬੇ ਹੱਥ ਦਿਆ ਸੀ ਸ਼ੈਲ ਪੰਪ ਦਾਦੂ ਚੌਕ ਦੇ ਵਿੱਚ ਉੱਥੋਂ ਪਵਾਵਣ ਤੇਲ ਸ਼ੈਲ ਪੰਪ ਦਾ ਬੋਰਡ ਨੀ ਡਰਦਾ ਪਿਆ ਇਹ ਪੰਪ ਤੋਂ ਪਵਾਵਣੇ ਡੀਜ਼ਲ ਕਈ ਅਰਸਾ ਪਹਿਲੇ ਹੀ ਪੰਪ ਤੋਂ ਡੀਜ਼ਲ ਪਵੇਂਦੇ ਆਸੇ ਪੈਮਾਨਾ ਇਹਦਾ ਠੀਕ ਹੁੰਦਾ ਹੁਣ ਅੱਲਾ ਕੋ ਪਤਾ ਅੱਲਾ ਕਰੇ ਸੀ ਠੀਕ ਹੋ ਸੀ ਹੁਣ ਵੀ ਕਿਉਂਕਿ ਹੁਣ ਚੜ੍ਹਨ ਵੱਡੀਆਂ ਟੈਂਕੀਆਂ ਲਵਾਏ ਨਾ ਮੁਲਤਾਨ ਨੂੰ ਹੀ ਪਵੀਂਦੇ ਡੀਜ਼ਲ ਪਹਿਲੇ ਕਈ ਦੌਰੇ ਚ ਤੂੰ ਪਵੇਂਦੇ ਆਸੇ ਭਾਈ ਜਾਨ ਹੈ ਮੋਰੋ ਦਾਦੂ ਚੌਕ ਇਹ ਜਮਾਲੀ ਪੰਪ ਇਹ ਪੰਪ ਦੇ ਆਉਣ ਡਿਵਾਈਸ ਹੈ ਅੱਛਾ ਤਾਂ ਬਾਈ ਜਾਨ ਜਮਾਲੀ ਪੰਪ ਮੋਰੋ ਤੂੰ ਤੇਲ ਪਵਾਇਆ ਸੇ ਮੀਟਰ ਨਜ਼ਰ ਨਹੀਂ ਆਉਂਦਾ ਪਿਆ ਇਹ 14,000 ਦਾ ਹੈ 52 ਲੀਟਰ 8 ਪੁਆਇੰਟ ਹੈ 99 ਯਾਨੀ ਕਿ 14,000 ਦਾ ਨਜ਼ਰ ਹੀ ਨਹੀਂ ਆਉਂਦਾ ਚੱਲ ਸਹੀ ਹੈ ਬਾਈ ਜਾਨ 14,000 ਦੀ ਪਰਚੀ ਯਾਨੀ ਕਿ ਨੋ ਪਰਚੀ ਦੇ ਨੌਸ਼ਾਰੇ ਹੋਟਲ ਦੇ ਰੋਟੀ ਖਾਣੇ ਵਾਪਸ ਰੋਟੀ ਖਾ ਕੇ ਅਸਾਂ ਵੰਜਣੇ ਰਾਣੀਪੁਰ ਤੋਂ ਨਵਾਬ ਸ਼ਾਹ ਰੋਡ ਸੂਈ ਗੈਸ ਸਾਡਾ ਸੂਈ ਗੈਸ ਤੋਂ ਕੋਈ ਸਮਾਨ ਲੋਡ ਕਰਨੇ ਘਰ ਦਾ ਉਹ ਲੋਡ ਕਰਕੇ ਅਤੇ ਵੱਲ ਇਨਸ਼ਾਅੱਲਾ ਮੁਲਤਾਨ ਚਲਦੇ ਹਾਂ ਸਭ ਤਾਂ ਘਰ ਦਾ ਸਮਾਨ ਦੱਸੇ ਨੇ ਕੋਈ ਤੰਬੂ ਕੋਈ ਟੈਂਟ ਪਤਾ ਨਹੀਂ ਕਿਆ ਕਿਆ ਦੱਸੇ ਨੇ ਅਤੇ ਔਲਾ ਸਾ ਵਜ਼ਨ ਦੱਸੇ ਨੇ ਚਲੋ ਚੱਲ ਕੇ ਪਤਾ ਲੱਗ ਸੀ ਕਿ ਕਿਆ ਮਾਲ ਹੈ
ਅੱਛਾ ਤਾਂ ਬਾਈ ਜਾਨ ਅਸਾਂ ਪਹੁੰਚਿਆ ਸੀ ਨੌਸ਼ਹਿਰਾ ਬਾਈਪਾਸ, ਪਿੱਛਾ ਰੁਕਿਆ ਇੱਕ ਰੋਟੀ ਖਾਧੀ ਹੈ, ਖਾਣਾ ਖਾ ਕੇ ਅਤੇ ਹੁਣ ਰਵਾਨੇ ਹੈ। ਆਹਿਸਤਾ ਆਹਿਸਤਾ ਵਹਿੰਦੇ ਪਏ, ਸਮਾਨ ਲੱਡਣੇ ਸ਼ਾਮ ਕੋ, ਸ਼ਾਮੀ ਲੱਡ ਕੇ ਰਵਾਨਾ ਥੀਸੂ, ਇਨਸ਼ਾਲਾ ਸਵੇਰੇ ਮੁਲਤਾਨ ਹੋ ਸੂੰ। ਰਾਤ ਇੱਥਾਂ ਅਸਾਂ ਬਾਈਪਾਸ ਦੇ ਵੀ ਭਿੰਡੀ ਲਹਾਈ ਹੈ, ਭਿੰਡੀ ਬਰਫ ਲੱਗੀ ਹੋਈ ਆਈ ਬਾਈ ਜਾਨ, ਭਿੰਡੀ ਦੀ 54-55 ਬੋਰੀ ਆਈ, 75 ਮਣ ਵਜ਼ਨ ਆਈ ਗੱਡੀ ਦੇ ਉੱਤੇ, 80-85 ਦੀ ਸਪੀਡ ਆਈ ਅਤੇ ਚੰਗਾ ਡੀਜ਼ਲ ਛਿੱਕੇ ਗੱਡੀ। ਅਤੇ ਡੀਜ਼ਲ ਚੈੱਕ ਕਰਨ ਆਏ ਸੀ, ਡੀਜ਼ਲ ਪਿਲਾ ਕੇ ਵਹਿੰਦੇ ਪਏ। ਅਸਾਂ ਪਹੁੰਚਿਆ ਸੀ ਖੈਰ ਖੈਰੀਅਤ ਨਾਲ ਹਲਾਨੀ, ਅਤੇ ਜਿਹੜੇ ਬੰਦੇ ਤੱਕ ਮਾਲ ਲੋਡ ਕਰਾਵਣੇ ਉਹਨਾਂ ਆ ਕੇ ਜੀ ਰਾਣੀਪੁਰ ਤੋਂ ਨਵਾਬ ਸ਼ਾਹ ਰੋਡ ਦੇ ਨਾ ਆਓ, ਤੁਸੀਂ ਹਲਾਨੀ ਦੁਆ ਵਜੋ ਮਹਿਰਾਬਪੁਰ, ਮਹਿਰਾਬਪੁਰ ਤੋਂ ਖੱਬੇ ਹੱਥ ਮੁੜਸੋ ਸਿੱਧਾ ਰੋਡ ਆਉਂਦੇ ਨਵਾਬ ਸ਼ਾਹ ਰੋਡ 'ਤੇ ਚੜ੍ਹਵੇ ਤੋਂ ਸਫ਼ਰ ਘੱਟਵੇ ਸੀ, ਅਤੇ ਇਡੂ ਮੈਂ ਕਦੀ ਆਇਆ ਗਿਆ ਤਾਂ ਕਹੇ ਨਹੀਂ, ਮਗਰ ਚਲੋ ਅੱਜ ਕੋਸ਼ਿਸ਼ ਕਰੇ ਨੇ ਰਸਤਾ ਡੇਗ ਗਿਨ ਸੂੰ। ਅੱਛਾ ਤਾਂ ਬਾਈ ਜਾਨ, ਅਸਾਂ ਹਲਾਨੀ ਤੋਂ ਮਹਿਰਾਬਪੁਰ ਰੋਡ ਦੇ ਉੱਤੇ ਮੁੜ ਗਏ ਹੈ, ਅਤੇ ਅੱਲਾ ਖੈਰ ਹੀ ਕਹਿਣ ਵੈਸੀ। ਅੱਛਾ ਤਾਂ ਬਾਈ ਜਾਨ, ਹਲਾਨੀ ਤੋਂ ਮਹਿਰਾਬਪੁਰ ਵਾਲੇ ਰੋਡ ਦੇ ਵਧੇ ਹੈ, ਨਹਿਰ ਆ ਗਈ ਇੱਕ ਵੱਡੀ ਸਾਰੀ, ਇਹ ਨਹਿਰ ਦੇਖੋ ਅਤੇ ਵੱਲ ਮਹਿਰਾਬਪੁਰ ਆ ਸੀ, ਅਤੇ ਸਾਡਾ ਇਹ ਰਸਤਾ ਡਿੱਠਾ ਹੋਇਆ ਕੋਈ ਨਹੀਂ, ਪੁੱਛਦੇ ਵੇ ਸੂੰ। ਅੱਛਾ ਤਾਂ ਬਾਈ ਜਾਨ, ਅਸਾਂ ਮਹਿਰਾਬਪੁਰ ਪਹੁੰਚਾਏ ਸੀ, ਅਤੇ ਹੁਣ ਤੂੰ ਪੁੱਛਦੇ ਹਾਂ ਆਪਣਾ ਰਸਤਾ। ਅਸਾਂ ਵੰਜਣੇ ਨਵਾਬ ਸ਼ਾਹ ਰੋਡ ਦੇ ਉੱਤੇ, ਵਾਧੇ ਗੇਟਾਂ ਦੇ ਨਾਲੂ ਪਏ ਸੜਕ ਫਿਰਦੀ ਹੈ ਰਸਤਾ। ਅੱਛਾ ਤਾਂ ਬਾਈ ਜਾਨ, ਮਹਿਰਾਬਪੁਰ ਤੋਂ ਨਿਕਲਿਆ ਅਤੇ ਹੁਣ ਆ ਰੋਡ ਤਾਂ ਆ ਕੇ ਕਾਰਪੇਟ, ਅੱਗਾਂ ਕੋਈ ਸਟਾਪ ਦੱਸਿਆ ਦੇ ਪੈਣ ਬਾਗ ਬੱਚਰਾ, ਬਾਗ ਬੱਚਰਾ ਇਹੋ ਜਿਹਾ ਕੋਈ ਸਟਾਪ ਹੈ ਸੌਖਾ ਜਿਹਾ, ਅਤੇ ਉੱਥੋਂ ਅਸਾਂ ਮੁੜਨੇ ਸੱਜੇ ਹੱਥ 'ਤੇ ਨਵਾਬ ਸ਼ਾਹ ਰੋਡ 'ਤੇ ਚੜ੍ਹਵੇ ਸੂੰ, ਸੂਈ ਗੈਸ ਤੋਂ ਪਿੱਛਾ ਕਰਕੇ ਵੱਲ ਅਸਾਂ ਖੈਰਪੁਰ ਵਾਲੇ ਪਾਸੇ ਮੁੜ ਸੂੰ, ਅਤੇ ਅੱਗੇ ਸੂਈ ਗੈਸ ਸਟਾਪ ਆਵੇ ਸੀ।
ਅਸਾਂ ਨਵਾਬ ਸ਼ਾਹ ਰੋਡ ਦੇ ਚਾੜ ਆਏ ਸੀ, ਹੁਣ ਚੱਲਦੇ ਹਾਂ ਸੂਈ ਗੈਸ ਸਟਾਪ ਦੇ। ਵੈਸੇ ਸਫ਼ਰ ਇਡੂ ਥੋੜ੍ਹਾ ਆਈ ਬਾਈ ਜਾਨ, ਕੁੱਲ 27 ਕਿਲੋਮੀਟਰ ਸਫ਼ਰ ਕੀਤੇ ਅਸਾਂ। ਸਤਾਵੀ ਨਹੀਂ, 20 ਕਿਲੋਮੀਟਰ ਸੂਈ ਗੈਸ ਸਟਾਪ ਤੋਂ ਤੇ ਆਏ ਖੜੇ ਹੈ। ਬੰਦੇ ਨਾਲ ਰਾਬਤਾ ਕੀਤੇ, ਊ ਆ ਕੇ ਜੀ ਤੁਸਾਂ ਉਤਾਂ ਖੜੋ ਜਿੱਥਾਂ ਖੜੇ ਵੇ, ਅਤੇ ਮੈਂ ਹੁਣੇ ਆਵੇ ਨਾ। ਇਹ ਪਿੱਛੇ ਪੈਟਰੋਲ ਪੰਪ ਸਾਡੀ ਬੈਕ ਸਾਈਡ 'ਤੇ ਬੰਦ ਸੀ ਐਨ ਜੀ, ਉੱਥਾਂ ਗੱਡੀ ਖੜਾ ਹੀ ਖੜੇ ਸੀ ਅਤੇ ਬੰਦਾ ਹੁਣੇ ਇੱਥੇ ਹੀ ਆ ਵੇ। ਅੱਛਾ ਤਾਂ ਬਾਈ ਜਾਨ, ਬਾਈ ਜਾਨ ਇਹ ਬੰਦਾ ਡਿੱਠੇ ਵੇ, ਇਹ ਖੜੇ ਸੀ ਆ, ਇਹ ਪੈਸੇ ਗਿਣਦਾ ਪਿਆ ਜਿਹੜਾ ਬੰਦਾ, ਇਹ ਸ਼ਾਜ਼ੋਰ ਹੀ ਬੰਦੇ ਦੀ ਹੈ ਬਾਈ ਜਾਨ। ਹੀ ਬੰਦੇ ਬਿਲਟੀ ਗਿਣ ਕੇ ਦਿੱਤੀ ਹੈ ਅਤੇ ਅਜ਼ਰਾਤ ਇਹਦੇ ਕੋਲ ਰਾਣਾ ਪਓ ਸੀ, ਸਵੇਰ ਕੋ ਲੋਡਿੰਗ ਹੋ ਸੀ। ਅਸਾਂ ਖੜੇ ਸੂਈ ਗੈਸ ਸਟਾਪ ਦੇ ਉੱਤੇ, ਸੂਈ ਗੈਸ ਸਟਾਪ ਦੇ ਖੜੇ ਹਾਂ, ਸਵੇਰੇ ਲੋਡਿੰਗ ਹੋ ਸੀ, ਬਿਲਟੀ ਕਟਾ ਦਿੱਤੀ ਹੈ ਇਹ ਬਿਲਟੀ ਹੈ ਨਾ। ਅੱਛਾ ਤਾਂ ਬਾਈ ਜਾਨ ਇਹ ਸਾਡੇ ਦੋਸਤ ਹੈ ਨਾ, ਅੱਜ ਦੀ ਰਾਤ ਅਸਾਂ ਇਹਨਾਂ ਦੇ ਮਹਿਮਾਨ ਹੈ ਜਨਾਬ, ਇਹ ਬਲੋਚ ਸਾਹਿਬ ਹਨ ਜਨਾਬ ਔਰ ਸਿੰਧੀ ਹਨ, ਅਤੇ ਸੂਈ ਗੈਸ ਸਟਾਪ ਦੇ ਨਾਲ ਕੋਈ 5-4 ਕਿਲੋਮੀਟਰਾਂ ਦੇ ਇਹਨਾਂ ਦੇ ਬੈਠਕ ਹੈ, ਉਤਾਕ ਇਹ ਉਤਾਕ ਆਦੇ ਨੇ, ਅਸਾਂ ਬੈਠਕ ਆਦੇ ਹੈ ਅਤੇ ਤੇਰਾ ਵੀ ਆਦੇ ਹੈ। ਇਹ ਸ਼ਾਜ਼ੋਰ ਸਾਹਮਣੇ ਇਹਨਾਂ ਦਾ ਖੜੇ, ਉਹ ਬਾਹਰ ਸਾਡੀ ਗੱਡੀ ਖੜੀ ਹੈ ਸਾਹਮਣੇ, ਅਤੇ ਕੱਲ੍ਹ ਇਨਸ਼ਾਅੱਲਾ ਇੱਥੋਂ ਲੋਡ ਕਰਕੇ ਅਸਾਂ ਰਵਾਨਾ ਥੀਸੂ। ਬਾਈ ਜਾਨ ਆਪਣਾ ਕਿਆ ਨਾਂ ਹੈ ਜੀ? ਹਾਂ ਹਾਂ, ਗੁਲਾਮ ਯਾਸੀਨ। ਔਰ ਖੈਰ ਖੈਰੀਅਤ? ਅੱਲਾ ਆਬਾਦ ਰੱਖੇ, ਮਿਹਰਬਾਨੀ ਗੁਲਾਮ ਯਾਸੀਨ, ਮੁਹੱਬਤ ਹੈ ਤੁਹਾਡਿਆਂ, ਸ਼ੁਕਰੀਆ। ਭਾਈ ਸਾਹਿਬ ਕਿਆ ਸੋਚਿੰਦੇ ਬੈਠੇ ਹੋ ਯਾਰ? ਉਹ ਆਸਿਫ ਬਾਰ ਬਾਰ ਰਾਬਤਾ ਕਰੇ ਨਾ ਕਰੇ, ਉਹਦੇ ਨਾਲ ਰਾਬਤਾ ਕਰੇ ਨਾ, ਕਿਤੇ ਨਹੀਂ ਉਹ ਈਮੋ ਦੇ ਉੱਤੇ। ਅੱਛਾ, ਦੂ ਮੈਸੇਜ ਭੇਜੇ, ਦੂ ਕਾਲਾ ਕੀਤੀ ਹੈ। ਅੱਛਾ ਤਾਂ ਭਾਈ ਜਾਨ, ਰਾਣੀਪੁਰ ਤੋਂ ਨਵਾਬ ਸ਼ਾਹ ਰੋਡ ਸੂਈ ਗੈਸ ਸਟਾਪ ਦੇ ਇੱਥਾਂ ਅਸਾਂ ਮਹਿਮਾਨ ਆ ਸੇ ਮਸਜਿਦ ਦੇ ਜਨਾਬ, ਇੱਥਾਂ ਨਮਾਜ਼ਾਂ ਪੜ੍ਹੀਆਂ ਸੇ, ਬੜਾ ਹੀ ਮਜ਼ਾ ਆਏ ਅਤੇ ਮੱਛਰਾਂ ਸਾਗੋ ਚੰਗਾ ਉਹ ਕੀਤੇ, ਅਤੇ ਲੈਟ ਆਉਂਦੀ ਆਈ ਵਹਿੰਦੀ ਆਈ, ਅਤੇ ਇਹ ਸਿੰਧੀ ਜਨਾਬ ਬਹੁਤ ਹੀ ਮਹਿਮਾਨ ਨਵਾਜ਼ੀ ਕੀਤੀ ਨੇ, ਜਿਤਨੀ ਦੱਸੂੰ ਥੋੜ੍ਹੀ ਹੈ। ਇਹ ਉਤਾਕ ਹੈ ਸੀ ਇਹਨਾਂ ਦਾ, ਬਹੁਤ ਮਹਿਮਾਨ ਨਵਾਜ਼ੀ ਕੀਤੀ ਨੇ ਅਸੀਂ, ਬੇਹੱਦ ਮਹਿਮਾਨ ਨਵਾਜ਼ੀ ਕੀਤੀ ਨੇ, ਜਿਤਨੀ ਮੈਂ ਦੱਸਾਂ ਉਤਨੀ ਥੋੜ੍ਹੀ ਹੈ, ਬਹੁ ਮਹਿਮਾਨ ਨਵਾਜ਼ੀ ਕੀਤੀ ਨੇ। ਅੱਲਾ ਇਹਨਾਂ ਕੋ ਜਜ਼ਾ ਦੇ ਸੀ ਸਹੀ ਇਨਸ਼ਾ ਅੱਲਾ। ਅੱਛਾ ਤਾਂ ਬਾਈ ਜਾਨ, ਇਹ ਸਾਡੀ ਵੀਡੀਓ ਆਈ ਛੋਟੀ ਜਿਹੀ, ਅਸਾਂ ਜਨਾਬ ਭਿੰਡੀ ਲਹਾਈਏ, ਦਾਵਤ ਖਾਧੀਏ, ਦੇਰੇ ਦੇ ਰਹਿ ਗਏ ਰਾਤ ਕੋ, ਹੁਣ ਅਸਾਂ ਵੇਂਦੇ ਪਏ ਲੋਡ ਕਰਨ, ਚਲਦੇ ਹਾਂ ਗੱਡੀ ਲੋਡ ਕਰੇ ਨੇ ਅਤੇ ਲੋਡ ਕਰਕੇ ਮੁਲਤਾਨ ਵੰਜਣੇ, ਮੁਲਤਾਨ ਤੱਕ ਦੀ ਵੀਡੀਓ ਨਵੀਂ ਬਣੇ ਸੂੰ ਇਨਸ਼ਾਅੱਲਾ। ਹੁਣ ਤੁਸੀਂ ਸਾਕੋ ਇਜਾਜ਼ਤ ਦੇਸੋ, ਜ਼ਿੰਦਗੀ ਰਹੀ ਤਾਂ ਵੱਲ ਮਿਲ ਸੂੰ, ਅੱਲਾ ਹਾਫਿਜ਼।